स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं श्री मुक्तसर साहब जिला ते खास शहर दे विचों, मुक्तसर शहर है ते शेर सिंह चौंक दोस्तों आ जांदा ते उहदे नेड़े बाई जी होरां दा घर आ। अज जिहड़ी वीडियो बना रहे उहदे च तिन नाग तुहानू दिखाउणे आ। इहनां कोल दुध ते लाए हुए पशु है, व्यापार दा काम नहीं गा। शहर दे विच कुछ घर जिहड़े इहनां तों बाई जी होरां नाल गल्लां बातां कीतियां, पता लगा वी दुध खरीद के लैके जांदे इत्थों। एक तां इह दोस्तों तोकड़ गां, एक ये ताजी सूई भी गां, ते एक इधर थोड़े दिन रहिंदे आ सून दे विच, नेड़ी है क्रॉस ब्रीड गां। सो तिन नाग विकाऊ आ, तिना बारे आपां बाई तों इनफॉर्मेशन लैंदे आ। वीडियो एंड तक देखियो, जिहड़ा पशु पसंद आ जे आप आके तसली तुसी कर सकदे हो बाई जी होरां नाल गल्लबात करके। आओ वीर तों इहनां दी जानकारी लैंदे आ। बाई सत श्री अकाल, नाम दसी वीर? गुरप्रीत सिंह। ठीक है, अच्छा वीर पशु फिर पुराने ही रखते हो घर दे विच? हां जी हां जी भाई, पहला मज्जा सी, हुण गावां तां शुरू कीता, डेढ़ साल हो गया अपने कोले। ठीक है, हुण गावां ही रखणे शुरू कीते। हां जी हुण गावां। ठीक है, जिहड़ी इधर पहले नंबर ते गां आपां दिखाउणी आ वड्डी गां। हां जी हां जी, किन्नवा सूआ सूई भी है इह? दूजा सूई भी है भाई, हुण तीजे बण लो सूगी, महीना हो गया टीका भराए नूं। ठीक है, एक महीना हो गया टीका भराए नूं, ते हुण इह तीजे सूए गां अगे सूगी। हां जी, ते साढ़े तीन महीने हो गए हुण सूई नूं बाई नूं। ठीक है, बच्चा हैगा नाल? बच्चा बच्ची है मगर भाई। दुध हुण किन्ना? दुध 14 लीटर। 14 लीटर ताजी दा किन्ना सीगा? ताजी भाई आपां 20 तों प्लस लीटर होया इह। ताजी दा 20 प्लस होया। थोड़ा बीमार हो गई सीगी विच, महीना हो गया। ठीक है, तां करके थोड़ा जिहा घटा गई इह भाई। अच्छा, की रेट रख्या भाई इहदा? इहदा 34,000 रुपया। खोली इहनूं दोस्तो, चंगी गां, ब्रीड क्रॉस है, बहुत सोहना थान है, सेहत भी चंगी है, ते एक महीना टीका भरे नूं होया। पर तुसी खाली समझ के बेशक बाई नाल गल्लबात कर लो, क्योंकि जिहड़ी एक महीने दी गां पास नहीं हुंदी, चैक पास नहीं हुंदी। ਬਾ ਮੋੜ ਲਿਆ ਵੀਰੇ, ਸੋਹਣਾ ਹਵਾਨਾ ਹੈ, ਸੋਹਣੇ ਥਾਣ ਹੈ, ਰੰਗ ਵੀ ਬਹੁਤ ਸੋਹਣਾ, ਥੋੜ੍ਹਾ ਜਿਹਾ ਡਰਦੀ ਜ਼ਰੂਰ ਹੈ। ਇੱਕ ਸ਼ਹਿਰ ਦੇ ਵਿੱਚ ਬਾਈ ਨੇ ਪਸ਼ੂ ਰੱਖੇ ਆ, ਘੱਟ ਜਗ੍ਹਾ ਹੁੰਦੀ ਹੈ ਤੁਰਨ ਫਿਰਨ ਵਾਸਤੇ। ਇਹ ਵੱਛੀ ਦੋਸਤੋ ਇਸ ਗਾਂ ਦੀ ਹੈ, 3.5-3 ਮਹੀਨਿਆਂ ਦੀ ਸੂਈ ਗਾਂ ਹੋ ਗਈ ਅੱਜ, ਅਤੇ ਦੁੱਧ 14 ਕਿਲੋ ਕੋਈ ਵੀ ਵੀਰ ਚੋ ਸਕਦਾ। 34,000 ਇਹਦਾ ਰੇਟ ਵੀਰ ਨੇ ਰੱਖਿਆ, ਬਹੁਤ ਸੋਹਣੇ ਥਾਣ ਹੈ, ਅਤੇ ਕੱਦ ਕਾਠ ਵੀ ਬੈਠਦਾ ਚੰਗਾ, ਹਵਾਨਾ ਵੀ ਸੋਹਣਾ ਦਿਖਾਉਂਦੀ ਹੈ। ਇੱਕ ਗਾਂ ਅੱਗੇ ਹੋਰ ਬਾਈ ਕੋਲ ਸੂਈ ਵੀ, ਇਹਨੂੰ ਕਿੰਨਾ ਚਿਰ ਹੋ ਗਿਆ ਵੀਰੇ ਸੂਈ ਨੂੰ? ਇਹਨੂੰ ਅੱਜ 7ਵਾਂ ਦਿਨ ਆ ਬਾਈ। 7ਵਾਂ ਦਿਨ? ਅੱਛਾ, ਦੁੱਧ ਹੁਣ ਕਿੰਨਾ ਬਾਈ? ਦੁੱਧ ਹੁਣ ਪੂਰਾ 13 ਕਿਲੋ ਬਾਈ। 13 ਕਿਲੋ ਹੈਗਾ ਦੋਵਾਂ? ਅੱਜ ਹੀ ਸੁਬਾਹ ਪੱਟ ਨੂੰ ਉੱਠਿਆ ਜੀ। ਠੀਕ ਹੈ, ਅੱਛਾ ਬੱਚਾ ਕੀ ਦਿੱਤਾ ਇਹਨੇ? ਵੱਛਾ ਬਾਈ। ਮਗਰ ਰੇਟ ਕੀ ਰੱਖਿਆ ਇਹਦਾ? ਇਹਦਾ 46,000 ਰੁਪਇਆ। 46,000? ਕਿੰਨਵਾਂ ਸੂਆ ਸੂਈ ਹੈ ਇਹ? ਤੀਜਾ ਬਾਈ। ਤੋਰੀ ਇਹਨੂੰ ਦੋਸਤੋ, ਤੀਜਾ ਸੂਆ ਸੂਈ ਹੈ ਅੱਜ ਸੁਬਾਹ ਹੀ ਬਾਈ ਦੱਸਦਾ ਦੁੱਧ ਪੱਟ ਨੂੰ ਹਟਿਆ, ਮਤਲਬ ਜਿਹੜਾ ਵੀਰ ਆਊਗਾ ਉਹ ਦੁੱਧ ਤੋਂ ਤੁਹਾਨੂੰ ਆਈਡੀਆ ਹੋ ਜੂਗਾ। 6-7 ਦਿਨਾਂ ਦੀ ਸੂਈ ਹੈ, ਬੱਚਾ ਵੱਛਾ ਇੱਧਰ ਖੜਾ। 46,000 ਡਿਮਾਂਡ ਹੈ, ਅਤੇ 13 ਕਿਲੋ ਦੁੱਧ ਇਸ ਟਾਈਮ ਤਿਆਰ ਕਰ ਗਈ। ਜਿਹਨੂੰ ਪਸੰਦ ਆਵੇ ਦੋਸਤੋ ਕਾਲ ਬਾਈ ਨੂੰ ਕਰ ਸਕਦੇ ਹੋ। ਤਾਜ਼ੀ ਸੂਈ ਦੀ ਗਾਂ, ਬਾਕੀ ਖਰੀਦਣ ਵਾਲਾ ਵੀਰ ਆਪ ਆ ਕੇ ਦੇਖ ਸਕਦਾ। ਥੋੜ੍ਹੀ ਜਿਹੀ ਲਿੱਸੀ ਜ਼ਰੂਰ ਲੱਗਦੀ ਹੈ ਜਦੋਂ ਠੰਡ ਆ ਜਾਣੀ ਹੈ ਦੋਸਤੋ। ਆਮ ਤੌਰ 'ਤੇ ਗਾਵਾਂ ਜਿਹੜੀਆਂ ਉਹ ਦੁੱਧ ਆਪਦਾ ਵਧਾਉਣਾ ਸ਼ੁਰੂ ਕਰ ਦਿੰਦੀਆਂ ਹੁੰਦੀਆਂ ਸਿਆਲਾਂ ਦੇ ਵਿੱਚ ਆ ਕੇ, ਖਾਸ ਕਰਕੇ ਇਹ ਗਾਂ ਵੀ ਉਮੀਦ ਆ ਵੀ ਠੰਡ ਦੇ ਵਿੱਚ ਦੁੱਧ ਵਧੂਗੀ, ਕਿਉਂਕਿ ਥੋੜ੍ਹਾ ਟਾਈਮ ਪਹਿਲਾਂ ਸੂਈ ਹੈ। ਠੰਡੀ ਸੀਲ ਫੁੱਲ ਹੈ, ਅਤੇ ਥਾਣ ਹਵਾਲਾ ਜੇ ਦੇਖੋ ਤਾਂ ਇੱਦਾਂ ਦੇ ਥਾਣ ਦੋਸਤੋ ਇਹਦੇ ਹੈਗੇ ਆ। ਸੋ ਇਹ ਵੀ ਫੋਰ ਸੇਲ ਆ, ਅਤੇ ਇੱਕ ਗਾਂ ਦਾ ਥੋੜ੍ਹਾ ਟਾਈਮ ਰਹਿੰਦਾ ਸੂਣ 'ਚ। ਇਹਦਾ ਕਿੰਨਵਾਂ ਸੂਆ ਵੀਰ? ਇਹ ਬਾਈ ਦੂਜੇ ਸੂਏ ਸੁਣੀ ਆ। ਕਿੰਨਾ ਚਿਰ ਬਾਕੀ? ਇਹ 6 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ। 6 ਤਰੀਕ ਨੂੰ ਦਿਨ ਪੂਰੇ ਆ, 6-1 ਦਿਨ ਰਹਿ ਗਏ ਫਿਰ ਦਿਨ ਪੂਰੇ ਹੋਣ 'ਚ, ਹੈ ਨਾ। ਅੱਛਾ, ਇਹਦਾ ਪਹਿਲੇ ਸੂਏ ਦਾ ਦੁੱਧ ਕਿੰਨਾ ਕੁ ਚੋਇਆ? ਪਿਛਲੇ ਆਪਾਂ ਤਾਂ ਬਈ 18 ਲੀਟਰ ਕੱਢਿਆ ਪੂਰਾ ਜੀ। 18 ਲੀਟਰ ਪਹਿਲੇ ਸੂਏ 'ਚ ਹੋਇਆ? ਹਾਂਜੀ 18। ਇਹਦਾ ਰੇਟ ਕੀ ਰੱਖਿਆ? ਇਹਦਾ 54,000 ਰੁਪਇਆ। 54,000 ਦੋਸਤੋ, ਥਣ ਹਵਾਨਾ ਬੈਠਦਾ ਬਹੁਤ ਸੋਹਣਾ, ਬਰੀਡ ਇਹਦੀ ਵੀ ਕਰੋਸ ਹੈ, ਪਰ ਜੇ ਤੁਸੀਂ ਥਣ ਦੇਖੋ ਬਹੁਤ ਸੋਹਣੇ, ਅਤੇ ਹਵਾਨਾ ਅੱਗੇ ਨੂੰ ਵੀ ਚੰਗਾ। ਖੋਲੀ ਬਾਈ ਦੂਜਾ ਸੂਆ ਇਸ ਗਾਣੇ ਸੁਣਾ, ਅਤੇ 6 ਤਰੀਕ ਨੂੰ ਦਿਨ ਪੂਰੇ ਆ। 5-4 ਦਿਨ ਪਸ਼ੂ ਉੱਤੇ ਵੀ ਲੈ ਜਾਂਦਾ ਜੇ ਆਪਾਂ ਉਸ ਹਿਸਾਬ 'ਤੇ ਦੇਖੀਏ, ਅਤੇ 10 ਕੁ ਦਿਨ ਹਜੇ ਇਹ ਗਾਂ ਲੈ ਜੂਗੀ, ਹਵਾਨਾ ਚੰਗਾ ਬਣਾਊਗੀ, ਕੱਦ ਕਾਠ ਵੀ ਸੋਹਣਾ, ਅਤੇ ਦੋਸਤੋ ਢਾਂਚਾ ਵੀ ਸੋਹਣਾ, ਬਾਹਲਾ ਉੱਚਾ ਕੱਦ ਨਹੀਂ ਗਾ, ਪਰ ਦਰਮਿਆਨੇ ਕੱਦ ਕਾਠ 'ਚ ਜੱਚਦੀ ਹੈ ਪੂਰੀ ਵੈੜ। ਜਿਹੜਾ ਵੀਰ ਘਰੇ ਇੱਦਾਂ ਦੀ ਕਰੋਸ ਬਰੀਡ ਗਾਂ ਰੱਖਣੀ ਚਾਹੁੰਦਾ, ਸਿਆਲਾਂ ਦੇ ਵਿੱਚ ਇਹਨਾਂ ਨੇ ਵਧੀਆ ਦੁੱਧ ਦੇਣਾ ਹੁੰਦਾ ਗਾਵਾਂ ਨੇ, ਖਾਸ ਕਰਕੇ ਕਿਉਂਕਿ ਗਰਮੀ ਦੀ ਰੁੱਤ ਜਦੋਂ ਲੰਘ ਜਾਂਦੀ ਉਦੋਂ ਬਾਅਦ 'ਚ ਤੋਕੜਾਂ ਵੀ ਸੱਜਰ ਬਣ ਜਾਂਦੀਆਂ ਹੁੰਦੀਆਂ। ਸੋ ਦੋਸਤੋ ਵੀਰ ਕੋਲ 3 ਨਾਗ ਵਿਕਰੀ ਵਾਲੇ ਆ, ਤਿੰਨੇ ਤੁਹਾਨੂੰ ਦਿਖਾਤੇ ਆ। ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਹੋਵੇ ਆ ਕੇ ਤਸੱਲੀ ਕਰ ਲਿਓ। 2 ਗਾਵਾਂ ਸੂਈਆਂ ਵੀਆਂ, ਇਹਨਾਂ ਦਾ ਦੁੱਧ ਤੁਸੀਂ 2 ਟਾਈਮ 3 ਟਾਈਮ ਚੋ ਸਕਦੇ ਹੋ, ਅਤੇ 1 ਗਾਂ ਗੱਭਣ ਉਹਦੇ ਇਕੱਲੇ ਥਣ ਪਾਸ ਹੋਣਗੇ, ਉਹ ਤੁਸੀਂ ਕਰਕੇ ਖਰੀਦ ਸਕਦੇ ਹੋ।
ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।